ਪ੍ਰੀਤ, ਤੈਨੂੰ ਪਤਾ ਮੈਂ ਕਿੰਨਾ ਖੁਸ਼ ਹਾਂ, ਮੇਰਾ ਮਾਸਟਰਸ ਲਈ ਕੈਨੇਡਾ ਦਾ ਵੀਜ਼ਾ ਆ ਗਿਆ ਯਾਰ। ਰਣਬੀਰ, ਮੇਰੇ ਘਰ ਵਾਲੇ ਮੇਰਾ ਫੋਰਸਫੁਲੀ ਵਿਆਹ ਕਰ ਰਹੇ ਆ ਅਤੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਤੂੰ ਪਲੀਜ਼ ਇੱਕ ਵਾਰ ਉਹਨਾਂ ਨਾਲ ਗੱਲ ਕਰ ਲੈ। ਪ੍ਰੀਤ, ਤੂੰ ਪਾਗਲ ਹੋ ਗਈ ਹੈ, ਮੇਰੇ ਲਈ ਇਸ ਤੋਂ ਜ਼ਿਆਦਾ ਜ਼ਰੂਰੀ ਕੁਝ ਵੀ ਨਹੀਂ ਹੈ, ਮੈਂ ਫਿਲਹਾਲ ਨਹੀਂ ਕਰ ਸਕਦਾ। ਪ੍ਰੀਤ ਪਲੀਜ਼, ਨੋ, ਆਮ ਸੌਰੀ, ਆਮ ਰੀਲੀ ਸੌਰੀ। ਪ੍ਰੀਤ, ਰਣਬੀਰ ਪਲੀਜ਼। ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ, ਜਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ। ਜਾਂਦੀ ਵਾਰੀ ਪਿੱਠ ਵੀ ਘੁਮਾ ਕੇ ਪਿੱਛੇ ਤੱਕਿਆ ਨਾ, ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ। ਖੋਲੇ ਹੋਇਆ ਸੀ ਜਾਵੀ ਵਾਲੇ ਮੋੜ ਤੋਂ, ਜਿੰਦੇ ਜਾਨ ਸੋਹਣਿਆ ਤੂੰ ਲੈ ਗਿਆ ਸੀ ਕੱਢ ਕੇ। ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ, ਕਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ। ਜਾਂਦੀ ਵਾਰੀ ਪਿੱਠ ਵੀ ਘੁਮਾ ਕੇ ਪਿੱਛੇ ਤੱਕਿਆ ਨਾ, ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ। ਤਾਂ ਕੋਈ ਖੇਡ ਕੇ ਖਿਡੌਣਿਆਂ ਨੂੰ ਸੁੱਟਦਾ ਨਾ, ਜਿਵੇਂ ਮੈਨੂੰ ਸੁੱਟ ਗਿਆ ਜ਼ਿੰਦਗੀ ਚੋਂ ਤੂੰ ਕੱਢ ਕੇ। ਇਹਦੇ ਨਾਲੋਂ ਚੰਗਾ ਇੱਕ ਵਾਰੀ ਮਾਰ ਦਿੰਦਾ ਮੈਨੂੰ, ਕਿਉਂ ਕਰਦਾ ਹਲਾਲ ਪੋਟਾ ਪੋਟਾ ਇੰਜ ਵੱਢ ਕੇ। ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੌਰਾਹੇ ਤੇ, ਕਿਹੜੇ ਸੀ ਚੌਰਾਹੇ ਤੇ ਗਿਆ ਸਾਨੂੰ ਛੱਡ ਕੇ। ਜਾਂਦੀ ਵਾਰੀ ਪਿੱਠ ਵੀ ਘੁਮਾ ਕੇ ਪਿੱਛੇ ਤੱਕਿਆ ਨਾ, ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ। ਸਾਹ ਚੱਲਦੇ ਸੀ,
ਪਰ ਜ਼ਿੰਦਗੀ ਰੁਕੀ ਸੀ। ਕੁਝ ਐਸਾ ਸੀ ਤੇਰਾ ਦੂਰ ਹੋਣਾ, ਤੂੰ ਆਇਆ ਤਾਂ ਜਾਨ ਵਿੱਚ ਜਾਨ ਆਈ, ਸ਼ਾਇਦ ਜ਼ਰੂਰੀ ਸੀ ਮੇਰਾ ਚੂਰ ਹੋਣਾ।